ਕਹਿੰਦੇ ਹੋ ਗਿਆ ਉਹ ਭਰਤੀ ਨਜ਼ਾਰੇ ਮੁੰਡਾ ਲਹੂ ਕਰ 16 ਸਾਲ ਸਰਬਜ਼ ਤੇ ਘਰੇ ਆਣ ਬਹੂ ਜਿਹੜੀ ਅਸਲੀ ਆ ਗੱਲ ਉਹ ਤਾਂ ਜਾਣਦੇ ਲੋਕੀ ਨਹੀਂ ਵੀਰੇ ਫੌਜ ਦੀ ਡਿਊਟੀ ਕਰਨੀ ਗੱਲ ਐਡੀ ਵੀ ਕੋਈ ਸੌਖੀ ਨਹੀਂ ਵੀਰੇ ਫੌਜ ਦੀ ਡਿਊਟੀ ਕਰਨੀ ਗੱਲ ਐਡੀ ਵੀ ਕੋਈ ਸੌਖੀ ਨਹੀਂ ਉਹ 22-22 ਘੰਟੇ ਸਟਰੈਕ ਹੀ ਉੱਤੇ ਜਾਈਦਾ ਇਕੱਲਾ ਇਕੱਲਾ ਮਿਲੀਟੈਂਟ ਮਾਰ ਗੋਲੀਆਂ ਮੁਕਾਈਦਾ ਉਹ ਤੁਸੀਂ ਤਾਂ ਕਹਿੰਦੇ ਹੋਣੇ ਗੇਮ ਹੈਗੀ ਕੋਈ ਔਖੀ ਨਹੀਂ ਵੀਰੇ ਫੌਜ ਦੀ ਡਿਊਟੀ ਕਰਨੀ ਗੱਲ ਐਡੀ ਵੀ ਕੋਈ ਸੌਖੀ ਨਹੀਂ ਵੀਰੇ ਫੌਜ ਦੀ ਡਿਊਟੀ ਕਰਨੀ ਗੱਲ ਐਡੀ ਵੀ ਕੋਈ ਸੌਖੀ ਨਹੀਂ ਉਹ ਟ੍ਰੇਨਿੰਗ ਦੇ ਵਿੱਚ ਬੰਦਾ ਖੋਤੇ ਘੁਮਾਉਂਦੇ ਆ 9 ਮਹੀਨਿਆਂ 'ਚ ਚੀਤੇ ਵਰਗਾ ਬਣਾਉਂਦੇ ਆ ਫਿਰ ਸਾਰੀ ਜ਼ਿੰਦਗੀ ਕੋਈ ਵੀ ਫੌਜੀ ਕਦੇ ਵੀ ਕੰਮ ਤੋਂ ਨੀਤ ਕਰਦਾ ਉਹ ਖੋਟੀ ਨਹੀਂ ਵੀਰੇ ਫੌਜ ਦੀ ਡਿਊਟੀ ਕਰਨੀ ਗੱਲ ਐਡੀ ਵੀ ਕੋਈ ਸੌਖੀ ਨਹੀਂ ਵੀਰੇ ਫੌਜ ਦੀ ਡਿਊਟੀ ਕਰਨੀ ਗੱਲ ਐਡੀ ਵੀ ਕੋਈ ਸੌਖੀ ਨਹੀਂ ਉਹ ਹਰ ਇੱਕ ਸ਼ਹੀਦ ਨੂੰ ਸਲਾਮ ਸੁੱਖ ਕਰਦਾ ਹੈ ਦੁੱਖ ਬੜਾ ਆਉਂਦਾ ਜਦੋਂ ਬਾਰਡਰ 'ਤੇ ਕੋਈ ਮਰਦਾ ਹੈ ਜਦੋਂ ਪੇਟੀ ਵਿੱਚ ਪੈ ਕੇ ਆਉਂਦੀ ਲਾਸ਼ ਮਿੱਤਰੋ ਪੈਸੇ ਨਾਲ ਜਾਂਦੀ ਜੋਖੀ ਨਹੀਂ ਵੀਰੇ ਫੌਜ ਦੀ ਡਿਊਟੀ ਕਰਨੀ ਗੱਲ ਐਡੀ ਵੀ ਕੋਈ ਸੌਖੀ ਨਹੀਂ ਵੀਰੇ ਫੌਜ ਦੀ ਡਿਊਟੀ ਕਰਨੀ ਗੱਲ ਐਡੀ ਵੀ ਕੋਈ ਸੌਖੀ ਨਹੀਂ ਧੰਨਵਾਦ।